ਹੈਲੋ ਸਟੂਡੈਂਟਸ ਵੈਲਕਮ ਟੂ ਆਲ ਔਨ ਸੀਬੀਸੀ ਸ਼ਿਕਸ਼ਾ ਆਨਲਾਈਨ ਪਲੇਟਫਾਰਮ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਇਗਜ਼ਾਮਸ ਦਾ ਦੌਰ ਚੱਲ ਰਿਹਾ ਹੈ ਨਵੇਂ-ਨਵੇਂ ਨੋਟੀਫਿਕੇਸ਼ਨਸ ਆ ਰਹੀਆਂ ਨੇ ਕੁਝ ਬੱਚੇ ਐਵੇਂ ਦੇ ਨੇ ਜੋ ਲਗਾਤਾਰ ਪਿਛਲੇ 3 ਜਾਂ 4 ਸਾਲਾਂ ਤੋਂ ਤਿਆਰੀ ਕਰ ਰਹੇ ਨੇ ਕੁਝ ਐਵੇਂ ਦੇ ਵੀ ਬੱਚੇ ਨੇ ਜੋ ਪਿਛਲੇ 7-8 ਸਾਲਾਂ ਤੋਂ ਤਿਆਰੀ ਕਰ ਰਹੇ ਨੇ ਕੁਝ ਫ੍ਰੈਸ਼ਰ ਹੋਣਗੇ ਨਾ ਸਾਰਿਆਂ ਦੇ ਮਨ ਚਿੱਕੋ ਸਵਾਲ ਹੁੰਦਾ ਹੈ ਕਿ ਮੇਰਾ ਐਗਜ਼ਾਮ ਕਿਉਂ ਨਹੀਂ ਪਾਸ ਹੋ ਰਿਹਾ ਜਾਂ ਮੇਰਾ ਐਗਜ਼ਾਮ ਪਾਸ ਹੋਵੇਗਾ ਕਿ ਨਹੀਂ ਹੋਵੇਗਾ ਉਸ ਦੇ ਲਈ ਇੱਕ ਬੈਸਟ ਸਟ੍ਰੈਟਜੀ ਦੀ ਲੋੜ ਹੈ ਤੁਹਾਨੂੰ ਬੈਸਟ ਪਲਾਨ ਦੀ ਲੋੜ ਹੈ ਠੀਕ ਹੈ ਤਾਂ ਉਹ ਸਾਰੀਆਂ ਚੀਜ਼ਾਂ ਦੀ ਲੋੜ ਹੈ ਜੋ ਕਿ ਤੁਹਾਡੀ ਜੌਬ ਦੇ ਵਿੱਚ ਇੱਕ ਬੈਨੀਫਿਟ ਤੁਹਾਨੂੰ ਦੇਣ ਗਿਆ ਠੀਕ ਹੈ ਤਾਂ ਅੱਜ ਆਪਾਂ ਗੱਲ ਕਰਾਂਗੇ ਇੱਕ ਬੈਸਟ ਸਟ੍ਰੈਟਜੀ ਦੀ ਜੋ ਕਿ ਤੁਹਾਨੂੰ ਹੈਲਪਫੁਲ ਰਹੇਗੀ ਫॉर ਦਾ ਪੰਜਾਬ ਜੌਬਸ ਐਂਡ ਕੋਈ ਵੀ ਗਵਰਨਮੈਂਟ ਜੌਬ ਲੈਣੀ ਉਸ ਵਿੱਚ ਤੁਹਾਨੂੰ ਹੈਲਪਫੁਲ ਬਹੁਤ ਕਰੇਗੀ ਠੀਕ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਈਮ ਦੀ ਤਾਂ ਈ ਤੁਹਾਡੇ ਵਿੱਚ ਈਮ ਸਭ ਤੋਂ ਪਹਿਲੀ ਗੱਲ ਹੈਗੀ ਨਾ ਜੀ ਈਮ ਤਾਂ ਪਹਿਲਾਂ ਆਪਾਂ ਪੈਨ ਚੇਂਜ ਚੇਂਜ ਕਰ ਲੈਨੇ ਹਨਾ ਤਾਂ ਈਮ ਤੁਹਾਡਾ ਈਮ ਕੀ ਹੈ ਤੁਹਾਡਾ ਗਵਰਨਮੈਂਟ ਜੌਬ ਤੇ ਲੱਗਣ ਦਾ ਈਮ ਕਿੰਨਾ ਕੋ ਪੱਕਾ ਹੈ ਕਿੰਨਾ ਕੋ ਤੁਸੀਂ ਇਸ ਚੀਜ਼ ਨੂੰ ਸੀਰੀਅਸ ਵੇ ਨਾਲ ਅਡਾਪਟ ਕੀਤਾ ਹੋਇਆ ਹੈ ਕਿੰਨਾ ਕੋ ਤੁਸੀਂ ਇਸ ਚੀਜ਼ ਨੂੰ ਦੇਖ ਰਹੇ ਹੋ ਕਿ ਮੈਂ ਸਰਕਾਰੀ ਜੋਬ ਤੇ ਲੱਗਣਾ ਹੈ ਮੈਂ ਇਸ ਸੈਸ਼ਨ ਦੇ ਵਿੱਚ ਇਹ 6 ਮਹੀਨਿਆਂ ਚ ਸਰਕਾਰੀ ਜੋਬ ਤੇ ਲੱਗਣਾ ਹੈ ਜਾਂ ਮੈਂ ਇਸ 3 ਮਹੀਨਿਆਂ ਸਰਕਾਰੀ ਜੋਬ ਤੇ ਲੱਗਣਾ ਹੈ ਇਹ ਤੁਹਾਡੇ ਦੇ ਡਿਪੈਂਡ ਹੈ ਤੁਹਾਡੇ ਜਨੂਨ ਤੇ ਡਿਪੈਂਡ ਹੈ ਸਭ ਤੋਂ ਪਹਿਲਾਂ ਆਪ ਦਾ ਏਮ ਡਿਸਾਈਡ ਕਰੋ ਏਮ ਡਿਸਾਈਡ ਕਰਨ ਤੋਂ ਬਾਅਦ ਤੁਸੀਂ ਇਹ ਚੂਜ਼ ਕਰੋ ਵੀ ਕਿਹੜੀ ਜੋਬ ਤੇ ਮਿਲਣਾ ਹੈ ਫੋਰ ਐਗਜ਼ਾਮਪਲ ਕਈਆਂ ਦਾ ਇੱਕ ਮੋਟਿਵ ਹੁੰਦਾ ਹੈ ਮੈਂ ਟਾਈਪਿੰਗ ਜੋ ਮੇਰੀ ਟਾਈਪਿੰਗ ਅੱਛੀ ਏ ਮੈਨੂੰ ਟਾਈਪਿੰਗ ਵਾਲੀ ਜੋਬ ਮਿਲ ਜੇ ਮੇਰਾ ਬੈਸਟ ਏ ਨਾ ਕੁਝ ਬੱਚਿਆਂ ਦਾ ਇਹ ਹੁੰਦਾ ਹੈ ਵੀ ਮੈਨੂੰ ਘੱਟੋ-ਘੱਟ ਪੀਪੀਐਸਸੀ ਲੈਵਲ ਦੀ ਜੋਬ ਮਿਲੇ ਨਾ ਤਾਂ ਉਹਨਾਂ ਸਾਰਿਆਂ ਦਾ ਇੱਕ ਇੱਕ ਈਮ ਹੁੰਦਾ ਕਿਸੇ ਨੇ ਟਾਈਪਿੰਗ ਵਾਲੇ ਪਾਸੇ ਜਾਣਾ ਹੁੰਦਾ ਕਿਸੇ ਨੇ ਪੀਪੀਐਸਸੀ ਦੀ ਵੈਕੈਂਸੀ ਫਿਲ ਕਰਨੀ ਹੁੰਦੀ ਏ ਜਾਂ ਉਹ ਤਿਆਰੀ ਕਰਨੀ ਹੁੰਦੀ ਏ ਜਾਂ ਕਈਆਂ ਬੱਚਿਆਂ ਦਾ ਇਹ ਹੁੰਦਾ ਮੈਂ ਫੋਰਨ ਜਾਣਾ ਜਾਂ ਕੁਝ ਵੀ ਅੱਡ-ਅੜ ਈਮ ਹਰ ਕਿਸੇ ਬੱਚੇ ਦਾ ਅੱਡ-ਅੜ ਈਮ ਹੁੰਦਾ ਉਸ ਈਮ ਦੇ ਵਿੱਚ ਤੁਹਾਡਾ ਜਨੂੰਨ ਵੀ ਹੋਣਾ ਚਾਹੀਦਾ ਠੀਕ ਏ ਇਹ ਜਨੂੰਨ ਤੁਹਾਨੂੰ ਡਿਸਾਈਡ ਤੁਹਾਡੀ ਨੌਕ

ਤੁਸੀਂ ਤਿਆਰੀ ਕਰ ਰਹੇ ਹੋ ਪੀਪੀਐਸਸੀ ਲੈਵਲ ਦੀ ਇਹ ਵੀ ਤੁਹਾਡਾ ਏਮ ਨੂੰ ਥੋੜਾ ਬਹੁਤ ਡਿਕਰੀਸ ਕਰੇਗੀ ਇਹ ਵੀ ਤੁਹਾਡਾ ਏਮ ਨੂੰ ਘਟਾਏਗੀ ਕਿਉਂਕਿ ਅੱਜ ਕੱਲ ਅਗਰ ਤੁਸੀਂ ਜਲਦੀ ਜੋਬ ਲੈਣਾ ਹੈ ਜਲਦੀ ਜੋਬ ਲੈਣੀ ਹੈ ਤਾਂ ਤੁਹਾਨੂੰ ਇੱਕ ਸਮਾਰਟ ਵੇ ਨਾਲ ਤਿਆਰੀ ਕਰਨੀ ਪੈਗੀ ਕਿਸੇ ਵੇ ਨਾਲ ਸਮਾਰਟ ਵੇ ਨਾਲ ਤਿਆਰੀ ਕਰਨੀ ਪੈਗੀ ਸਮਾਰਟ ਵੇ ਦਾ ਮਤਲਬ ਕੀ ਹੁੰਦਾ ਹੁਣ ਮੰਨ ਕੇ ਚੱਲੋ ਤੁਸੀਂ ਤਿਆਰੀ ਕਰ ਰਹੇ ਹੋ ਕਲੈਰਕਲ ਜੌਬ ਦੀ ਫੋਰ ਐਗਜ਼ਾਮਪਲ ਤੁਸੀਂ ਇੱਕ ਮਨ ਵਿੱਚ ਇੱਕ ਧਾਰਿਆ ਹੀ ਹੋਇਆ ਹੈ ਵੀ ਮੈਂ ਘੱਟੋ ਘੱਟ ਜੋ ਪੀਟ੍ਰੀਪਲੱਸਬੀ ਦੇ ਵਿੱਚ ਕਲੈਰਕਲ ਦੀ ਵੈਕੈਂਸੀਆਂ ਆਈਆਂ ਨੇ ਜਾਂ ਮੇਂ ਵੀਡੀਓ ਦੀ ਵੈਕੈਂਸੀਆਂ ਆਈਆਂ ਨੇ ਉਹਨਾਂ ਵਿੱਚ ਮੈਂ ਤਿਆਰੀ ਕਰ ਉਹਨਾਂ ਉਹਨਾਂ ਵਿੱਚ ਮੈਂ ਜੌਬ ਲੈਣੀ ਹੈ ਨਾ ਵੀ ਮੇਰਾ ਉਹਨਾਂ ਕੋ ਉਹਨਾਂ ਕੋ ਲੈਵਲ ਹੈਗਾ ਮੈਂ ਉਹਨਾਂ ਸੇ ਆਪਣੀ ਜੌਬ ਲੈ ਲਾਂਗਾ ਹੈ ਨਾ ਤਾਂ ਤੁਸੀਂ ਐਟ ਲੀਸਟ ਤੁਸੀਂ ਐਟ ਲੀਸਟ ਤੁਸੀਂ ਉਹ ਉਸ ਏਜੰਸੀਸ ਦੇ ਅਕੋਰਡਿੰਗ ਤਿਆਰੀ ਕਰੋ ਜਿਵੇਂ ਤੁਸੀਂ ਇਹ ਦੇਖੋ ਵੀ ਜਿਵੇਂ ਕਲੈਰਕਲ ਦਾ ਜੌਬ ਜੌਬ ਮੇਨਲੀ ਪੀਟ੍ਰੀਪਲੱਸਬੀ ਪੇਪਰ ਲੈਂਦੀ ਹੈ ਨਾ ਪੀ ਡਿਪਰੈਸ ਵੀ ਕਿੱਥੋਂ-ਕਿੱਥੋਂ ਐਗਜ਼ਾਮ ਪਾਉਂਦੀ ਹੈ ਕੀ-ਕੀ ਉਹ ਮੇਨ ਟਾਪਿਕ ਨੂੰ ਪੇਪਰ ਚ ਪੁੱਛਦੀ ਹੈ ਕਿੰਨਾ ਤੁਸੀ ਤਿਆਰ ਕਰਨਾ ਹੈ ਫੋਰ ਐਗਜ਼ਾਮਪਲ ਇਹ ਨਹੀਂ ਤੁਸੀਂ ਮੰਨ ਕੇ ਚਲੋ ਇੱਕ ਸਬਜੈਕਟ ਦੀਆਂ 10 ਬੁੱਕਸ ਪੜ੍ਹਣੀਆਂ ਨੇ ਸਿਰਫ ਇੱਕ ਬੁੱਕ ਪੜ੍ਹੋ ਤਾਂ ਕਿ ਤੁਸੀਂ ਉਸ ਚੀਜ਼ ਨੂੰ ਬੈਟਰ ਕਰ ਪਾਓ ਵੀ ਤੁਸੀਂ 100% ਦੇ ਪਾਓਗੇ ਆਪਣਾ ਦੇ ਪਾਓਗੇ ਹੈਨਾ ਅਗਰ ਤੁਹਾਡਾ ਅਗਰ ਤੁਸੀਂ ਜੋਬ ਫਿਲ ਕੀਤੀ ਹੋਈ ਹੈ ਪੀਪੀਐਸਸੀ ਦੀ ppsc ਜੋਬ ਫਿਲ ਕੀਤੀ ਹੋਈ ਹੈ ਤਾਂ ਤੁਹਾਨੂੰ ਥੋੜਾ ਬੈਟਰ ਲੈਵਲ ਕਰਨਾ ਪਏਗਾ கரنٹ ਅਫੇਅਰ ਦਾ ਬੈਟਰ ਲੈਵਲ ਕਰਨਾ ਪਏਗਾ ਮਾਡਰਨ ਹਿਸਟਰੀ ਚੰਗੀ ਤਰ੍ਹਾਂ ਕਰਨੀ ਪੈਗੀ ਐਟ ਲੀਸਟ ਉਸ ਜੋਬ ਨੂੰ ਪਹਿਲਾਂ ਪਹਿਚਾਨੋ ਉਸ ਏਜੰਸੀ ਨੂੰ ਤੇ ਅਕੋਰਡਿੰਗ ਤਿਆਰੀ ਕਰੋ ਪ੍ਰੀਵियस ਈਅਰ ਐਗਜ਼ਾਮ ਦੇਖੋ ਉਹਨਾਂ ਉਸ ਏਜੰਸੀ ਦੇ ਤਾਂ ਹੀ ਤੁਸੀਂ ਉਸ ਵਿੱਚ ਆਪਣਾ 100% ਦੇ ਸਕਦੇ ਹੋ ਐਵੇਂ ਕਿੰਨਾ ਚਿਰ ਮਰਜ਼ੀ ਤਿਆਰੀ ਕਰਦੇ ਰਹੋ ਜੋਬ ਨਹੀਂ ਮਿਲਣੀ ਰਾਜੇ ਐਟ ਲੀਸਟ ਤੁਸੀਂ ਆਪਨਾ ਤਿਆਰੀ ਕਰਨ ਦਾ ਵੀਨਸ ਸਦਾਰੋ ਐਟ ਲੀਸਟ ਤਿਆਰੀ ਕਰਨ ਦੇ ਵੀਨਸ ਸਦਾਰੋ ਤਾਂ ਕਿ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਅੱਛੇ ਤਰੀਕੇ ਨਾਲ ਆਪਣੇ ਆਪ ਨੂੰ ਅੱਗੇ ਲੈ ਕੇ ਜਾਓ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੋ ਥਰੂ ਅਬਾਊਟ ਸਿਲੇਬਸ ਸਿਲੇਬਸ ਦੇ ਤੁਸੀਂ ਗੋ ਥਰੂ ਕਿਵੇਂ ਹੋਣਾ ਹੈ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਪੀਪੀਐਸਸੀ ਦੀ ਤਿਆਰੀ ਕਰ ਰਹੇ ਹੋ ਨਾ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਪੀਪੀਐਸਸੀ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ ਪੀਟ੍ਰੀਪਲਐਸਬੀ ਦੀ ਤਿਆਰੀ ਕਰ ਰਹੇ ਹੋ ਨਾ ਐਟ ਲੀਸਟ ਉਸ ਤੋਂ ਪਹਿਲਾਂ ਸਿਲੇਬਸ ਨੂੰ ਪਛਾਣੋ ਫੋਰ ਐਗਜ਼ਾਮਪਲ ਤੁਸੀਂ ਮੰਨ ਕੇ ਚਲੋ ਪੀਟ੍ਰੀਪਲਐਸਬੀ ਦੀ ਤਿਆਰੀ ਕਰ ਰਹੇ ਹੋ ਨਾ ਪੀਟ੍ਰੀਪਲੱਸਬੀ ਤਿਆਰੀ ਕਰ ਰਹੇ ਹੋ ਤਾਂ ਪੀਟ੍ਰੀਪਲੱਸਬੀ ਵਿੱਚ ਬੇਸਿਕਲੀ ਕੀ ਚੀਜ਼ਾਂ ਹੁੰਦੀਆਂ ਨੇ ਬੇਸਿਕਲੀ ਪੀਟ੍ਰੀਪਲੱਸਬੀ ਚ ਆਪਣੇ ਕੋਲ ਜੀਕੇ ਆਉਂਦੀ ਹੈ ਜਿਵੇਂ ਪੋਲਿਟੀ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਸਾਇੰਸ ਪੰਜਾਬ ਜੀਕੇ ਐਂਡ ਮਿਕਸ ਜੀਕੇ ਇਸ ਤੋਂ ਇਲਾਵਾ ਕੁਆਂਟ ਆਉਂਦਾ ਹੈ ਰੀਜ਼ਨਿੰਗ ਆਉਂਦੀ ਹੈ ਨਾ ਉਸ ਤੋਂ ਇਲਾਵਾ ਲੈਂਗੁਏਜਸ ਦੇ ਵਿੱਚ ਆਪਣੇ ਕੋਲ ਪੰਜਾਬੀ ਐਂਡ ਇੰਗਲਿਸ਼ ਆ ਗਈ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਤਾਂ ਕੰਪਿਊਟਰ ਆ ਗਿਆ ਕਰੰਟ ਅਫੇਅਰ ਆ ਗਿਆ ਨਾ ਇਹ ਚੀਜ਼ਾਂ ਆਪਣੇ ਕੋਲ ਆਉਂਦੀਆਂ ਨੇ ਬਟ ਆਪਾਂ ਐਟ ਲੀਸਟ ਪਹਿਲਾਂ ਆਪਾਂ ਸਿਲੇਬਸ ਤੋਂ ਗੋ ਥਰੂ ਹੋਣਾ ਹੈ ਜ ਠੀਕ ਹੈ ਕਈ ਬੱਚਿਆਂ ਦਾ ਦਿਮਾਗ ਹੀ ਇੱਥੇ ਟਿੱਕੇ ਹੋਇਆ ਹੈ ਮੈਂ ਟੈਕਸ ਪੜਨਾ ਮੈਂ ਜੀਐਸਟੀ ਪੜਨਾ ਤਾਂ ਤੁਸੀਂ ਬਾਕੀ 90 ਨੰਬਰ ਜਾਂ ਬਾਕੀ 100 ਨੰਬਰ ਕਿਉਂ ਛੱਡੀ ਜਾ ਰਹੇ ਹੋ ਤੁਸੀਂ ਮੰਨ ਕੇ ਚਲੋ ਸੋਚਿਆ ਹੋਇਆ ਹੈ ਵੀ 120 ਨੰਬਰ ਦਾ ਪੇਪਰ ਆਉਣਾ ਹੈ 120 ਨੰਬਰ ਦਾ ਤੁਸੀਂ ਸੋਚਿਆ ਹੈ ਪੇਪਰ ਆਉਣਾ ਹੈ ਤਾਂ 120 ਦੇ ਵਿੱਚੋਂ ਜੇ ਮੰਨ ਕੇ ਚਲੋ 20 ਕੁਐਸਚਨ ਟੈਕਸ ਦੇ ਆ ਜਾਣਗੇ ਠੀਕ ਹੈ ਬਾਕੀ ਦਾ 100 ਨੰਬਰ ਦਾ ਬੇਸਿਕ ਆ ਰਿਹਾ ਐਟ ਲੀਸਟ ਤੁਸੀਂ ਉਸ ਚੀਜ਼ ਨੂੰ ਪਹਿਚਾਨੋ ਉਸ ਨੂੰ ਅੱਛੀ ਤਰ੍ਹਾਂ ਕਰੋ ਫੋਰ ਐਗਜ਼ਾਮਪਲ ਇੱਕ ਸਾਈਜ਼ ਦਾ ਅਗਰ 100 ਨੰਬਰ ਦਾ ਪੇਪਰ ਆ ਰਿਹਾ ਹੈ ਤਾਂ ਉਹਦੇ ਵਿੱਚ 80 ਕੁਐਸਚਨ ਤਾਂ ਬਾਕੀ ਆ ਰਹੇ ਨੇ 80 ਕੁਐਸਚਨ ਤਾਂ ਤੁਹਾਡੇ ਕੋਲ ਜੀਕੇ ਦੇ ਮੈਥ ਦੇ ਰੀਜ਼ਨਿੰਗ ਦੇ ਪੰਜਾਬੀ ਇੰਗਲਿਸ਼ ਕੰਪਿਊਟਰ ਆ ਰਹੇ ਉਹ ਚੀਜ਼ ਤੁਸੀਂ 80 ਨੰਬਰ ਕਰੋ ਐਟ ਲੀਸਟ ਉਹਨਾਂ 80ਆਂ ਦੇ ਵਿੱਚੋਂ ਤੁਸੀਂ ਏਡੀ ਕੋ ਇੰਨੀ ਕੋ ਆਪਣੀ ਤਿਆਰੀ ਕਰ ਲਓ ਤਾਂ ਤੁਹਾਡੇ ਉਹਨਾਂ ਚੋਂ 70 ਨੰਬਰ ਆ ਜਾਣ ਠੀਕ ਹੈ ਹੁਣ ਟੈਕਸ পড়ੋਗੇ ਜੀਐਸਟੀ পড়ੋਗੇ ਉਹਨਾਂ 'ਚ ਇੰਨੀ ਕੁ ਤਿਆਰੀ ਕਰ ਲਓ ਬਾਅਦ ਵਿੱਚ ਉਹ ਬਾਅਦ ਚ ਕਰ ਲਓ ਉਹਨਾਂ 'ਚ 12 13 ਤਾਂ ਨੰਬਰ ਆ ਜਾਣ ਤੁਹਾਡੀ ਸਿਲੈਕਸ਼ਨ ਇੱਥੇ ਹੀ ਇੱਥੇ ਹੀ ਤੁਹਾਡੀ ਸਿਲੈਕਸ਼ਨ ਹੋ ਜਾਏਗੀ ਕਿਉਂਕਿ ਹਮੇਸ਼ਾ ਟਾਪਰਸ ਸਕੋਰ ਕਿੰਨਾ ਰਿਹਾ ਹੈ 82 82% ਟਾਪਰਸ ਸਕੋਰ ਰਹਿੰਦਾ ਹੈ ਤਾਂ ਉਹਨਾਂ ਨੂੰ ਤੁਸੀਂ ਅਗਰ ਅੱਛੇ ਤਰੀਕੇ ਨਾਲ ਇੱਕ ਸਟ੍ਰੈਟਜੀ ਨਾਲ ਇੱਕ ਬੈਸਟ ਪਲਾਨ ਦੇ ਰਹੀ ਸਮਾਰਟ ਸਟਡੀ ਕਰਦੇ ਹੋ ਤਾਂ ਤੁਸੀਂ ਪੱਕੇ ਤੌਰ ਤੇ ਜੌਬ ਤੇ ਲੱਗ ਜਾਓਗੇ ਠੀਕ ਹੈ ਅਗਰ ਆਪਾਂ ਆਪਾਂ ਅਗਰ ਪੀਪੀਐਸਸੀ ਦੀ ਗੱਲ ਕਰਦੇ ਹੁਣ ਆਪਾਂ ਪੀਪੀਐਸਸੀ ਦੀ ਗੱਲ ਕਰ ਲੈਂਦੇ ਆ ਪੀਪੀਐਸਸੀ ਚ ਇੰਪੋਰਟੈਂਟ ਟਾਪਿਕਸ ਨੇ ਕਰੰਟ ਇਸ਼ੂ ਹੁਣ ਕਰੰਟ ਇਸ਼ੂ ਦੀ ਗੱਲ ਕਰੀਏ ਹੁਣ ਕੁਝ ਕਰੰਟ ਇਸ਼ੂ ਐਵੇਂ ਦੇ ਹੁੰਦੇ ਨੇ ਸੋਰ ਆਪਣੇ ਕਰੰਟਸ ਅਫੇਅਰਸ ਐਵੇਂ ਦੇ ਹੁੰਦੇ ਨੇ ਜੋ ਬੇਸਿਕ ਕਰੰਟ ਅਫੇਅਰ ਨਹੀਂ ਬੇਸਿਕ ਕਰੰਟ ਅਫੇਅਰ ਤੁਸੀਂ ਨਹੀਂ ਕਰਨੇ ਤੁਸੀਂ ਐਟ ਲੀਸਟ ਉਹ ਕਰੰਟ ਅਫੇਅਰ ਕਰਨੇ ਨੇ ਜੋ ਕਿ ਇੱਕ ਵਧੀਆ ਸਟੈਂਡਰਡਾਈਜ਼ ਜਿਹੜੇ ਸਟੈਂਡਰਡ ਦੇ ਆਪਣੇ ਕਰੰਟ ਅਫੇਅਰਸ ਹੋਣ ਠੀਕ ਹੈ ਜਿਵੇਂ ਕਿ ਮੰਨ ਕੇ ਚੱਲੋ ਜਿਵੇਂ ਨੈਬ ਦੇ ਵਿੱਚ ਆਏ ਸੀ ਠੀਕ ਹੈ ਜਾਂ ਪਿਛੇ ਪੀਪੀਐਸਸੀ ਪਿੱਛੇ ਪਾ ਰਿਹਾ ਠੀਕ ਹੈ ਉਵੇਂ ਦੇ ਕਰੰਟ ਅਫੇਅਰ ਕਰੋ ਉਵੇਂ ਦੇ ਮੈਗਜ਼ੀਨਸ ਚੱਕੋ ਉਤੋਂ ਉਸੇ ਕਰੰਟ ਅਫੇਅਰ ਚੱਕੋ ਉਤੋਂ ਕਰੋ ਇਹ ਨਹੀਂ ਤੁਸੀਂ ਸੇਮ ਹੀ ਕਰੰਟ ਅਫੇਅਰ ਪੀ 3 ਪਲੱਸ ਵਾਸਤੇ ਕਰ ਰਹੇ ਹੋ ਸੇਮ ਹੀ ਤੁਸੀਂ ਪੀਪੀਐਸਸੀ ਵਾਸਤੇ ਕਰ ਰਹੇ ਹੋ ਤਾਂ ਸਿਲੈਕਸ਼ਨ ਕਦੀ ਨਹੀਂ ਹੋਵੇਗੀ ਇਹ ਗੱਲ ਮੇਰੀ ਯਾਦ ਰੱਖਣਾ ਭਾਵੇਂ ਤੁਹਾਨੂੰ ਮਨ ਨੂੰ ਦੁੱਖ ਲੱਗ ਰਿਹਾ ਹੋਵੇ ਵੀ ਸਰ ਕਹਿ ਰਹੇ ਨੇ ਸਿਲੈਕਸ਼ਨ ਨਹੀਂ ਹੋਵੇਗੀ ਅਗਰ ਤੁਸੀਂ ਇਸ ਵੇ ਨਾਲ ਕਰੋਗੇ ਸਿਲੈਕਸ਼ਨ ਨਹੀਂ ਹੋਵੇਗੀ ਅਗਰ ਤੁਸੀਂ ਚੀਜ਼ਾਂ ਨੂੰ ਪਹਿਚਾਨੋਗੇ ਤਾਂ ਹੀ ਤੁਹਾਡੀ ਸਿਲੈਕਸ਼ਨ ਜਿਹੜੀ ਤੁਹਾਡੀ ਸਿਲੈਕਸ਼ਨ 100% ਹੋਵੇਗੀ ਇਹ ਪੱਕੀ ਗਰੰਟੀ ਹੈ ਕਿਉਂਕਿ ਇੱਕ ਪਲਾਨ ਹੁੰਦਾ ਹੈ ਕਿ ਸਟ੍ਰੈਟਜੀ ਹੁੰਦੀ ਹੈ ਠੀਕ ਹੈ ਹਰ ਕੰਮ ਪਲਾਨ ਨਾਲ ਸਟ੍ਰੈਟਜੀ ਨਾਲ ਕੀਤਾ ਜਾਵੇ ਤਾਂ ਪੱਕੇ ਤੌਰ ਤੇ ਹੀ ਸਫਲ ਹੁੰਦਾ ਹੈ ਅਗਰ ਤੁਸੀਂ ਕਹਿ ਦੋ ਵੀ ਧੂੜ ਵਿੱਚ ਹੀ ਭੱਜੇ ਜਾਓਗੇ ਅੱਗੇ ਇਹ ਨਹੀਂ ਪਤਾ ਵੀ ਛੜ ਕੇ ਕਿ ਟੋਆ ਹੈ ਤਾਂ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਠੀਕ ਹੈ ਤਾਂ ਅੱਬ ਮੰ ਗੱਲ ਕਰੀਏ ਅੰਦਰ ਫਿਜ਼ਿਕਸ ਹੋ ਗਈ ਜੀਓਗ੍ਰਾਫੀ ਹੋ ਗਈ ਇੰਡੀਅਨ ਪੋਲਿਟੀ ਹੋ ਗਈ ਹੁਣ ਤੁਸੀਂ ਗੱਲ ਕਰ ਗੱਲ ਕਰ ਹੁਣ ਇੰਡੀਅਨ ਹਿਸਟਰੀ ਦੀ ਹੁਣ ਪੀਪੀਐਸਸੀ ਇੰਡੀਅਨ ਹਿਸਟਰੀ ਕਿਹੜੀ ਪਾਉਂਦੀ ਹੈ ਪੀਪੀਐਸਸੀ ਇੰਡੀਅਨ ਇੰਡੀਅਨ ਹਿਸਟਰੀ ਪਾਉਂਦੀ ਹੈ ਬ੍ਰਿਟਿਸ਼ ਸਟਰਗਲ ਵਾਲੀ ਹੁਣ ਫ੍ਰੀडम ਸਟਰਗਲ ਤੁਹਾਨੂੰ ਸਭ ਨੂੰ ਪਤਾ ਹੈ ਫ੍ਰੀडम ਸਟਰਗਲ ਦੇ ਮੇਨਲੀ ਪੀਪੀਐਸਸੀ ਦੇ ਕੁਐਸਚਨਸ ਕੁਐਸਚਨਸ ਜਿਹੜੇ ਬੰਦੇ ਨੇ ਉਹ ਕਿੱਥੋਂ ਮੰਦੇ ਨੇ ਉਹ 1855 ਤੋਂ 1947 ਦੇ ਬੰਦੇ ਨੇ ਹਨਾ ਅਗਰ ਤੁਸੀਂ ਪੀ ਟ੍ਰਿਪਲ ਐਸ ਬੀ ਦੀ ਗੱਲ ਕਰੋ ਉਹ ਕੁਐਸਚਨ ਮੋਸਟਲੀ ਡਿਫਰੈਂਸ ਤੇ ਕਾਫੀ ਡਿਫਰੈਂਸ ਜ਼ਿਆਦਾ ਹੈ ਹੁਣ ਤੁਸੀਂ ਪੀਟ੍ਰ ਪਲੱਸ ਵੀ ਦੀ ਗੱਲ ਕਰੋ ਪੀਟ੍ਰ ਪਲੱਸ ਵੀ ਇੰਡੀਅਨ ਪੋਲਿਟਿਕਸ ਕੁਐਸਚਨ ਆਪਣੇ ਆਪਣੇ ਕੋਲ ਜਿੱਥੇ ਆਪਣੇ ਕੋਲ ਪਾਰਲੀਮੈਂਟ ਹੈਗਾ ਪਾਰਲੀਮੈਂਟ ਤੱਕ ਜਿਵੇਂ ਆਰਟੀਕਲ 1 ਤੋਂ ਪਾਰਲੀਮੈਂਟ ਤੱਕ ਉਹਨਾਂ ਦੇ ਕੁਐਸਚਨਸ ਜ਼ਿਆਦਾ ਹੁੰਦੇ ਨੇ ਬਟ ਪੀਪੀਐਸਸੀ ਰੈਂਡਮਲੀ ਕੁਐਸਚਨ ਚੱਕਦੀ ਹੈ ਦੋਨਾਂ ਦੇ ਲੈਵਲ ਨੂੰ ਪਛਾਣਨੋ ਤਾਂ ਹੀ ਤੁਸੀਂ ਅੱਛੇ ਤਰੀਕੇ ਨਾਲ ਆਪਣੀ ਜੋਬ ਲੈ ਸਕਦੇ ਹੋ ਇਹ ਤੁਹਾਡੇ ਕੋਲ ਪੀਪੀਐਸਸੀ ਦੇ ਇੰਪੋਰਟੈਂਟ ਟਾਪਿਕਸ ਨੇ ਜੋ ਕਿ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਨੀਆਂ ਹੁਣ ਹੁਣ ਕਈ ਬੱਚੇ ਕਹਿੰਦੇ ਨੇ ਵੀ ਪੀਪੀਐਸ ਦੀ ਵਿੱਚ ਤਾਂ ਕੱਲੀ ਰੀਜ਼ਨਿੰਗ ਆਉਣੀ ਹੈ ਜਦੋਂ ਉੱਥੇ ਮੈਥ ਦੇ ਕੁਐਸਚਨ ਆ ਜਾਂਦੇ ਨੇ ਠੀਕ ਹੈ ਜਦੋਂ ਤੁਸੀਂ ਮੈਥ ਦੇ ਕੁਐਸਚਨ ਆ ਜਾਂਦੇ ਨੇ ਉਦੋਂ ਦੇਖਦੇ ਨੇ ਵੀ ਛੱਤ ਤੇ ਕਿੰਨੀਆਂ ਛੱਤ ਤੇ ਲੈਂਟਰ ਪਿਆ ਕਿੰਨੀ ਕਿ ਛੱਤ ਤੇ ਬਾਲੇ ਲੱਗੇ ਹੋਏ ਨੇ ਨਾ ਉਹ ਚੀਜ਼ ਕਮ ਹੋ ਜਾਂਦਾ ਨਾ ਵਿਹਲੇ ਬੈਠਣ ਨਾਲੋਂ ਐਟ ਲੀਸਟ ਤੁਸੀਂ ਸਿਲੇਬਸ ਨੂੰ ਪਹਿਚਾਣ ਕੇ ਉਸ ਸਿਲੇਬਸ ਦੇ ਗੋ ਥਰੂ ਹੋਗੇ ਤੁਸੀਂ ਇਗਜ਼ਾਮ ਦੀ ਤਿਆਰੀ ਕਰੋ ਤਾਂ ਹੀ ਤੁਸੀਂ ਇਗਜ਼ਾਮ 'ਚ ਬੈਠੋ ਐਵੇਂ ਇਗਜ਼ਾਮ ਦੇਣ ਦਾ ਤਿਆਰੀ ਕਰਨ ਦਾ ਬੁੱਕਸ ਪੜਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਨਹਿਕਾਰ ਆਪਣੇ ਆਪ ਨੂੰ ਨਖਾਰਨੇ ਲੈ ਕੇ ਆਉਂਦੇ ਬੁਕਸ ਬਹੁਤ ਪਰ ਸਾਡੇ ਕੋਲ ਬਹੁਤ ਸਟੂਡੈਂਟਸ ਆਉਂਦੇ ਨੇ ਸਾਡੇ ਕੋਲ ਬਹੁਤ ਸਟੂਡੈਂਟਸ ਆਉਂਦੇ ਨੇ ਕੋਈ ਕਿਸੇ ਦਾ ਪੜਨ ਦਾ ਵੇ ਕਿਵੇਂ ਦਾ ਹੁੰਦਾ ਕਿਸੇ ਦਾ ਪੜਨ ਦਾ ਵੇ ਕਿਵੇਂ ਦਾ ਹੁੰਦਾ ਬਟ ਕਿਸੇ ਸਟੂਡੈਂਟ ਨੂੰ ਰਾਈਟ ਆਪਣੀ ਗਾਈਡੈਂਸ ਮਿਲ ਜਾਂਦੀ ਜਦੋਂ ਸਟੂਡੈਂਟ ਨੂੰ ਰਾਈਟ ਗਾਈਡੈਂਸ ਮਿਲ ਜਾਂਦੀ ਹੈ ਤਾਂ ਉਹ ਸਟੂਡੈਂਟ 100% ਆਪਣੀ ਜੋਬ ਲੈ ਕੇ ਹੀ ਜਾਂਦਾ ਹੈ ਨਾ ਤਾਂ ਉਸ ਤੋਂ ਬਾਅਦ ਆ ਜਾਂਦਾ ਤੁਹਾਡੇ ਕੋਲ ਰੈਲੀਵੈਂਟ ਸਟਡੀ ਮਟੀਰੀਅਲ ਹੁਣ ਰੈਲੀਵੈਂਟ ਸਟਡੀ ਮਟੀਰੀਅਲ ਦੀ ਕੀ ਗੱਲ ਹੈ ਕੀ ਸਟਡੀ ਮਟੀਰੀਅਲ ਬਹੁਤ ਹੈ ਬਹੁਤ ਬੁక్స్ ਨੇ ਮਾਰਕੀਟ ਚ ਠੀਕ ਹੈ ਬਹੁਤ ਤਰ੍ਹਾਂ ਤੁਹਾਨੂੰ ਨੋਟਸ ਮਿਲ ਜਾਣਗੇ ਬਹੁਤ ਤਰ੍ਹਾਂ ਦੇ ਟੈਲੀਗ੍ਰam ਚੈਨਲ ਮਿਲ ਜਾਣਗੇ ਬਹੁਤ ਵੈਬਸਾਈਟਸ ਮਿਲਣ ਮਿਲ ਜਾਣਗੀਆਂ ਹਰੇਕ ਦਾ ਕਰਵਾਇਆ ਹੋਇਆ ਹਰੇਕ ਦਿੱਤਾ ਹੈ ਮਟੀਰੀਅਲ ਪੇਪਰ ਚ ਨਹੀਂ ਆਉਂਦਾ ਤੁਸੀਂ ਅਗਰ ਕੋਈ ਵੀ ਟੌਪਿਕ ਕਰਦੇ ਹੋ ਉਹ ਨਾਈ ਸਟੈਂਡਰਡਾਈਜ਼ ਟੋਪਿਕ ਕਰੋ ਵੀ ਤੁਸੀਂ ਉਹਨਾਂ ਹੀ ਦਾ ਸਟੈਂਡਰਡ ਰੱਖੋ ਜਿੰਨਾ ਕਿ ਏਜੰਸੀ ਦੇ ਅਕੋਰਡਿੰਗ ਹੈ ਜਿੰਨਾ ਕਿ ਪੰਜਾਬ ਜੋਬਸ ਦੇ ਅਕੋਰਡਿੰਗ ਹੈ ਜਾਂ ਜਿੰਨਾ ਕਿ ਕਿਸੇ ਵੀ ਗਵਰਨਮੈਂਟ ਜੋਬਸ ਦੇ ਅਕੋਰਡਿੰਗ ਹੈ ਫालतू ਪੜਨ ਦਾ ਕੋਈ ਫਾਇਦਾ ਨਹੀਂ ਅਗਰ ਤੁਸੀਂ ਮੰਨ ਕੇ ਚੱਲੋ ਤੁਸੀਂ ਟਾਈਪਿੰਗ 베ਸ ਤੇ ਕਲੈਰੀਕਲ ਦੀ ਜੋਬ ਦੀ ਤਿਆਰੀ ਕਰ ਰਹੇ ਹੋ ਪਰ ਤੁਸੀਂ ਐਨਸੀਆਰਟੀ ਰਹੇ ਹੋ ਜਾਂ ਤੁਸੀਂ ਲਖਸ਼ਮੀਕੰਤ ਅਰਯੋ ਜਾਂ ਮਾਜੀਸ ਹੁਸੈਨ ਦੀ ਬੁੱਕਸ ਪੜ੍ਹ ਰਹੇ ਹੋ ਉਹਨਾਂ ਨਾਲ ਤਿਆਰੀ ਨਹੀਂ ਹੋਣੀ ਉਹ ਤੁਹਾਨੂੰ ਉਹ ਤੁਹਾਨੂੰ ਇੱਕ ਲਖਸ਼ ਤੋਂ ਇੱਕ ਪਟਕਣ ਦਾ ਕੰਮ ਹੋ ਜਾਏਗਾ ਐਟ ਲੀਸਟ ਕਲੈਰੀਕਲ ਲੈਵਲ ਦੀ ਤਿਆਰੀ ਕਲੈਰੀਕਲ ਲੈਵਲ ਅਕੋਰਡਿੰਗ ਕਰੋ ਪੀਪੀਐਸਸੀ ਦੀ ਤਿਆਰੀ ਪੀਪੀਐਸਸੀ ਦੇ ਅਕੋਰਡਿੰਗ ਕਰੋ ਪੀਐਸਸੀ ਦੀ ਤਿਆਰੀ ਪੀਐਸਸੀ ਦੇ ਅਕੋਰਡਿੰਗ ਕਰੋ ਐਸਐਸਸੀ ਤਿਆਰੀ ਐਸਐਸਸੀ ਦੇ ਅਕੋਰਡਿੰਗ ਕਰੋ ਐਵੇਂ ਨਾ ਕਰੋ ਤਾਂ ਕਿ ਤੁਸੀਂ ਆਪਣੇ ਆਪ ਨੂੰ ਅਣਦੇਖਾ ਕਰ ਰੱਖੋ ਕੱਲ ਨੂੰ ਤੁਹਾਨੂੰ ਇਹ ਸਾਰੇ ਰਿਸ਼ਤੇਦਾਰ ਲੋਕ ਕਹਿਣ ਵੀ ਤੂੰ ਤਾਂ 6 ਮਹੀਨੇ ਤਿਆਰੀ ਕਰਦਾ ਸੀ ਤੇਰਾ ਸਾਮ ਤਾਂ ਨਹੀਂ ਹੋਇਆ ਤੂੰ 10 ਸਾਲ ਤਿਆਰੀ ਕੀਤੀ ਤੇਰਾ ਤਾਂ ਨਹੀਂ ਹੋਇਆ ਠੀਕ ਹੈ ਉਸ ਤੋਂ ਬਾਅਦ ਆਪਣੇ ਕੋ ਲੈਣਾ ਰਾਈਟ ਡਾਇਰੈਕਸ਼ਨ ਐਂਡ এনवायरमेंट ਰਾਈਟ ਡਾਇਰੈਕਸ਼ਨ ਦਾ ਮਤਲਬ ਕੀ ਹੈਗਾ ਤੁਸੀਂ ਐਵੇਂ ਦਾ ਕੋਈ ਆਪਣਾ ਗਾਈਡ ਚੁਣੋ ਐਵੇਂ ਦਾ ਕੋਈ ਆਪਣਾ ਕਹਿ ਦੋ ਵੀ ਇੱਕ ਗਰੁੱਪ ਚੁਣੋ ਜੋ ਕਿ ਤੁਹਾਨੂੰ ਇੱਕ ਰਹੀ ਸਹੀ ਡਾਇਰੈਕਸ਼ਨ ਵੱਲ ਲੈ ਕੇ ਜਾਵੇ ਠੀਕ ਹੈ ਉਹਨਾਂ ਲੋਕਾਂ ਤੋਂ ਦੂਰ ਰਹੋ ਜੋ ਕਿ ਤੁਹਾਨੂੰ ਕਹਿਣ ਵੀ ਏ ਆਪਾਂ ਆ ਵੀ ਕੁਝ ਕਰ ਲ ਲਈ ਉਹ ਵੀ ਕੁਝ ਕਰ ਲ ਲਈ ਵੀ ਸਾਰਾ ਕੁਝ ਇਕੱਠਾ ਕਰ ਲ ਲਈ ਯਾਦ ਕੁਝ ਹੋਵੇ ਨਾ ਭਾਵੇਂ ਇੱਕ ਬੁੱਕ ਪੜੋ ਪਰ ਤੁਹਾਨੂੰ ਇੰਨੇ ਚੰਗੇ ਤਰੀਕੇ ਨਾਲ ਪੜੋ ਕਿ ਤੁਹਾਨੂੰ ਉਹ ਸਦਿਆਂ ਯਾਦ ਰਹੇ ਹਨ ਤੁਸੀਂ ਇੱਕ ਬੁੱਕ ਚੰਗੀ ਤਰ੍ਹਾਂ ਕਰੋ ਤਾਂ ਕਿ ਤੁਸੀਂ ਉਸ ਬੁੱਕ ਦੇ ਵਿੱਚੋਂ 100% ਦੇ ਸਕੋ ਬੁੱਕਸ ਬਹੁਤ ਆਉਂਦੀਆਂ ਪਾਵੇਂ ਸੀ 10 ਬੁੱਕਸ ਕਰ ਲਓ ਅਗਰ ਤੁਸੀਂ ਕਲੈਰੀਕਲ ਲੱਗਣਾ ਹੈ ਜਾਂ ਪੀਪੀਐਸਸੀ ਦੇ ਲੱਗਣਾ ਹੈ 10 ਬੁੱਕਸ ਕਰਨ ਦਾ ਕੋਈ ਫਾਇਦਾ ਨਹੀਂ ਇੱਕ ਜਾਂ ਦੋ ਬੁੱਕਸ ਪੜ ਲਓ ਤਾਂ ਕਿ ਤੁਸੀਂ ਇਸ ਵਿੱਚ ਬੈਟਰ ਕਰ ਸਕੋ ਤੇ ਆਪਣਾ 100% ਦੇ ਸਕੋ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਇਹਦਾ এনवायरमेंट ਹੁਣ ਇਹ ਗੱਲ ਮੈਟਰ ਕਰਦੀ ਹੈ এনवायरमेंट ਕਿਵੇਂ ਦਾ ਕੁਝ ਬੱਚੇ ਸੈਲਫ ਸਟਡੀ ਕਰਦੇ ਨੇ ਕੁਝ ਬੱਚੇ ਲਾਇਬ੍ਰੇਰੀ ਜਾ ਕੇ ਪੜ੍ਹਦੇ ਨੇ ਕੁਝ ਇੰਸਟੀਚਿਊਟ ਤੇ ਜਾ ਕੇ ਪੜ੍ਹਦੇ ਨੇ ਕੁਝ ਬੱਚਿਆਂ ਦਾ ਆਪਣਾ ਗਰੁੱਪ ਹੁੰਦਾ 10 ਬੱਚਿਆਂ ਦਾ ਗਰੁੱਪ ਹੁੰਦਾ ਉਹਨਾਂ ਚੋਂ ਦੋ ਖੱਪੀ ਹੋਣਗੇ ਤੁਹਾਨੂੰ ਤਾਂ ਵੀ ਤਿਆਰੀ ਨਹੀਂ ਕਰਨ ਦੇਣਗੇ ਠੀਕ ਹੈ ਅੱਠ ਤਿਆਰੀ ਕਰਨ ਅੱਠਾਂ ਦੀ ਤਿਆਰੀ ਕੀਤੀ ਵੀਸ ਜਾਵੇਗੀ ਅਗਰ ਸਿਰਫ ਉਹੀ ਇੱਕ এনवायरमेंट ਐਵੇਂ ਦਾ ਚੁਣੋ ਜਿਸ ਵਿੱਚ ਤੁਸੀਂ ਬਹਿ ਕੇ ਅੱਛੇ ਤਰੀਕ ਨਾਲ ਤਿਆਰੀ ਕਰ ਸਕੋ ਉਹਨਾਂ ਰਿਸ਼ਤੇਦਾਰੀਆਂ ਉਹਨਾਂ ਫਰੈਂਡਸ ਤੋਂ ਦੂਰ ਰਹੋ ਜੋ ਕਿ ਤੁਹਾਨੂੰ ਡੇਲੀ ਦਾ ਕਹਿੰਦੇ ਨੇ ਤੂੰ ਤਾਂ ਅਜੇ ਵੀ ਤਿਆਰੀ ਕਰ ਰਹੇ ਹਾਂ ਹੁਣ ਕਿਹੜਾ ਪੇਪਰ ਦੇ ਰਹੇ ਹਾਂ ਠੀਕ ਹੈ ਉਹਨਾਂ ਚੀਜ਼ਾਂ ਤੋਂ ਦੂਰ ਰਹੋ ਇਸ এনवायरमेंट ਤੋਂ ਦੂਰ ਰਹੋ ਤਾਂ ਕਿ ਤੁਸੀਂ 100% ਦੇ ਸਕੋ ਤੇ ਆਪਣੇ ਬੈਸਟ এনवायरमेंटਸ ਰਹਿ ਕੇ ਆਪਣਾ ਬੈਸਟ ਦੇ ਸਕੋ ਠੀਕ ਹੈ ਉਸ ਤੋਂ ਬਾਅਦ ਅਗਰ ਤੁਸੀਂ ਕੋਈ ਵੀ ਸਾਡੀ ਆਨਲਾਈਨ ਕੋਰਸ ਲੈਣਾ ਚਾਹੁੰਦੇ ਹੋ ਸਾਡੀ ਐਪਲੀਕੇਸ਼ਨ ਦੇ ਵਿਜ਼ਿਟ ਕਰ ਸਕਦੇ ਹੋ ਸਬੀਸੀ ਸ਼ਿਕਸ਼ਾ ਤੇ ਵੈਬਸਾਈਟ cbcsiksha.com ਤੇ ਠੀਕ ਹੈ ਫੋਨ ਨੰਬਰ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਹੈ 95222 95200 32 ਦੇ ਉੱਪਰ ਤੁਸੀਂ ਕਾਲ ਕਰਕੇ ਵੀ ਕਨਫਰਮ ਕਰ ਸਕਦੇ ਹੋ ਠੀਕ ਹੈ ਤਾਂ ਗਰੰਟਡਡ ਸਿਲੈਕਸ਼ਨ ਬੈਚ ਆਪਣੇ ਮੁਹੱਲੇ ਵਿੱਚ ਆਫਲਾਈਨ ਚੱਲ ਰਿਹਾ ਠੀਕ ਹੈ ਆਨਲਾਈਨ ਬੈਚ ਆਪਣਾ सीबीएसई ਸਿੱਖਿਆ ਐਪਲੀਕੇਸ਼ਨ ਤੇ ਚੱਲ ਰਿਹਾ ਹੈ ਰਿਜ਼ਲਟ ਤੁਹਾਨੂੰ ਸਭ ਨੂੰ ਪਤਾ ਹੈ ਟਾਪਰਸ 2018 ਚ ਐਕਸਰਸਾਈਜ਼ ਉਸ ਦਾ ਟਾਪ ਐਕਜ਼ਾਮ ਦਾ ਟਾਪ ਪ੍ਰਾਇਆ ਜਦੋਂ 2021 ਦਾ ਐਗਜ਼ਾਮ ਚੱਲ ਰਿਹਾ 21 ਦਾ ਐਗਜ਼ਾਮ ਹੋਣ ਤੋਂ ਪਹਿਲਾਂ ਤਾਂ ਅਸੀਂ ਕਿਹਾ ਸੀ ਇਸ ਵਾਰੀ ਫਿਰ ਸਾਡਾ ਟਾਪਰ ਆਵੇਗਾ ਤਾਂ ਡੈਫੀਨੇਟਲੀ ਸਾਡਾ ਹੀ ਟਾਪਰ ਆਇਆ ਠੀਕ ਹੈ ਤਾਂ ਐਵੇਂ ਹੀ ਅੱਗੇ ਵੀ ਅੱਛਾ ਰਿਜ਼ਲਟ ਆਵੇਗਾ ਤੁਸੀਂ ਜੁਆਇਨ ਕਰ ਸਕਦੇ ਹੋ ਸੀਵੀ ਸਿੱਖਿਆ ਐਂਡ ਆਪਣੇ ਜੋ ਸੁਪਨਾ ਹੈ ਉਸ ਸਰਕਾਰੀ ਨੌਕਰੀ ਲੈਣ ਦਾ ਉਸ ਨੂੰ ਅੱਛੇ ਤਰੀਕੇ ਨਾਲ ਪੂਰਾ ਕਰ ਸਕਦੇ ਹੋ ਓਕੇ ਥੈਂਕ ਯੂ ਬੈਸਟ ਆਫ ਲੱਕ